ਭਾਈ ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਉਸ ਦੇ ਵਿੱਚ ਭਾਈ ਅੰਮ੍ਰਿਤਪਾਲ ਕੀ ਕਹਿ ਰਹੇ ਆ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿਹਦੇ 'ਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ 'ਚ ਬਣੀ ਹੈ, ਕਿਉਂਕਿ ਉਸ ਵੀਡੀਓ 'ਚ ਮੈਂ ਜੀ ਬੁਰੇ ਬਾਰੇ ਦੇਖ ਰਿਹਾ ਕਿਤੇ। ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ, ਪਹਿਲੇ ਦੀ ਮੇਰੀ ਆਦਤ ਨਹੀਂ ਵੀ ਮੈਂ ਬੈਠ ਕੇ ਸਾਹਮਣੇ ਸਾਹਮਣੇ ਵੀਡੀਓ ਬਣਾਵਾਂ। ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ, ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ। ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ, ਇੱਕ ਤਾਂ ਆਪਾਂ ਹਰ ਚੀਜ਼ ਨੂੰ ਕੌਨਸਪਰੇਸੀ ਨਹੀਂ ਸਮਝਣਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ। ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ। ਕਲਗੀਧਰ ਪਾਤਸ਼ਾਹ ਦੀ ਜਿਹੜੀ ਕਰਾਮਾਤ ਨੂੰ ਵੱਡਿਆ ਸਮਝੀਏ, ਇਹਦੇ ਕਿਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤਾਂ ਉਹ ਕਿਸੇ ਮਕਸਦ ਵਾਸਤੇ ਕੱਢਿਆ। ਜਿਹਨਾਂ ਨੂੰ ਇਹ ਲੱਗਦਾ ਵੀ ਮੈਂ ਕੋਈ ਭਗੌੜਾ ਹੋ ਗਿਆ ਅਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ, ਇਹ ਗੱਲ ਭੁਲੇਖਾ ਕੋਈ ਆਪਣੇ ਮਨ 'ਚ ਨਾ ਰੱਖੇ। ਦੇਖੋ ਨਾ ਤਾਂ ਮੈਂ ਮਰਨ ਤੋਂ ਡਰਾਂ, ਮਰਨ ਲਿਖਾਏ ਮੰਡਲ ਮੈਂ ਆਏ, ਇਸ ਬਾਣੀ ਦੇ ਜਿਹੜੇ ਬਚਨ ਨੇ ਇੱਥੇ ਪੂਰਾ ਪਹਿਰਾ ਦੇ ਰਹੇ ਹਾਂ। ਜਿੱਦਣ ਸੰਸਾਰ 'ਤੇ ਆ ਗਏ ਉਦਣ ਮੌਤ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਂਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ, ਮੈਂ ਜੇ ਅੱਜ ਬਾਹਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ, ਤਾਂ ਉਹਦਾ ਅਰਥ ਇਹ ਹੈ ਵੀ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਅਤੇ ਕੌਮ ਦੇ ਹਿੱਤਾਂ ਲਈ ਕੁਛ ਕਰ ਸਕਾਂ, ਅਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਹ ਸੰਗਤਾਂ ਦੇ ਵਿੱਚ ਵੀ ਵਿਚਰਾਂਗੇ। ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਜਿਹੜੇ ਕਹਿਣਗੇ ਮੁਲਕ ਛੱਡ ਜਾ ਜੀ, ਮੁਲਕ ਛੱਡ ਕੇ ਬਾਹਰ ਚਲਾ ਗਿਆ ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਪਾ ਕੇ ਮੈਸੇਜ ਦੇਊਗੇ, ਇੱਦਾਂ ਦੀ ਗੱਲ ਨਹੀਂ। ਹਾਂ, ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਛ ਸਾਨੂੰ ਝੱਲਣਾ ਪੈਂਦਾ, ਵਿਖੜੇ ਪੈਣ ਦੇ ਤੁਰਨਾ ਪੈਂਦਾ, ਮੀਲਾਂ ਮੀਲ ਵੀਹ ਵੀਹ ਬਾਈ ਬਾਈ ਮੀਲ ਸਫ਼ਰ ਦਿਨ ਹਰ ਦਿਨ ਪੈਦਲ ਕਰਨਾ, ਇਹ ਕੋਈ ਮਤਲਬ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ। ਸੋ ਅੱਠੀਂ ਪੈਰ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ, ਨਹੀਂ ਤਾਂ ਫਿਰ ਜਲ ਪਾਣੀ ਛੱਕ ਕੇ ਗੁਜ਼ਾਰਾ ਕਰ ਲੈਣਾ। ਇਹ ਜਿਹੜੇ ਦਿਨ ਨੇ ਬਗਾਵਤ ਦੇ ਕੱਟਣੇ ਔਖੇ ਨੇ, ਪਰ ਮੈਂ ਸੰਗਤਾਂ ਨੂੰ ਇੱਕ ਅਪੀਲ ਕਰਦਾ ਵੀ ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ 'ਚ ਰਹਿਣ ਦਾ ਅਰਥ ਇਹ ਹੁੰਦਾ ਵੀ ਅਸੀਂ ਜਦੋਂ ਇਸ ਰਾਹ 'ਤੇ ਤੁਰੀਏ, ਇਸ ਮਾਰਗ 'ਤੇ ਤੁਰੀਏ, ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਆਪਾਂ ਜਿਹੜੇ ਰਾਹ 'ਤੇ ਤੁਰੇ ਹਾਂ ਇਹ ਕੰਨਿਆਂ ਵਾਲਾ ਰਾਹ, ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਔਰ ਕਿਲ੍ਹਾ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਨੇ, ਪੈਰ ਕੰਨਿਆਂ ਨਾਲ ਲਹੂ ਲਹਾਨ ਹੋ ਗਏ। ਸੋ ਉਹ ਰਸਤੇ ਜਿਹੜੇ ਇਹ ਧਰਮ ਦੀ ਨਗਰੀ ਦੇ ਉੱਤੇ ਤਿਆਰ ਕਰਨੇ ਪੈਂਦੇ ਆ। ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਵੀ ਮੈਂ ਇੱਕ ਕੌਲ ਦਿੱਤੀ ਸਰਬੱਤ ਖਾਲਸੇ ਵਾਸਤੇ, ਮੈਂ ਜਥੇਦਾਰ ਸਾਹਿਬ ਨੂੰ ਤਾਂ ਕਿਹਾ ਵੀ ਜਥੇਦਾਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਵੀ ਸਮੂਹ ਜਥੇਬੰਦੀਆਂ ਪਹੁੰਚਣ, ਜਥੇਬੰਦੀਆਂ ਪਹੁੰਚੀਆਂ ਉੱਥੇ, ਜਿਨ੍ਹਾਂ ਨੇ ਹਮਾਇਤ 'ਚ ਕੀਤੀ ਗੱਲ ਉਹਨਾਂ ਦਾ ਵੀ ਧੰਨਵਾਦ, ਜਿਹਨਾਂ ਵਿਰੋਧ 'ਚ ਕੀਤੀ ਉਹਨਾਂ ਦਾ ਵੀ ਧੰਨਵਾਦ। ਮੈਂ ਕਿਸੇ ਦੇ ਵਿਰੋਧ 'ਚ ਨਹੀਂ ਗੱਲ ਕਰਨੀ ਕੋਈ ਵੀ, ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਨ ਨਹੀਂ ਕਰਨ ਦਾ। ਕੌਮ 'ਤੇ ਭੀੜ ਆਉਣ ਵਾਲੀ ਪਈ ਹੋਵੇ ਅਤੇ ਸਾਨੂੰ ਇੱਕ ਦੂਜੇ ਦੇ ਹੱਕ 'ਚ ਖਲਾਉਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ, ਉਹਦੇ 'ਚ ਕੁਛ ਨੂੰ ਨਹੀਂ ਸ਼ਾਮਿਲ ਕੀਤਾ ਗਿਆ, ਮੈਨੂੰ ਲੱਗਦਾ ਵੀ ਸਾਰੇ ਲਈ ਖੁੱਲ੍ਹਾ ਸੱਦਾ ਹੋਣਾ ਚਾਹੀਦਾ ਸੀ, ਪਰ ਜੋ ਹੋ ਗਿਆ ਸੱਤ ਵਚਨ ਹੈ। ਹੁਣ ਉਸ ਤੋਂ ਬਾਅਦ 'ਚ ਜਥੇਦਾਰ ਸਾਹਿਬ ਨੇ ਕਿਹਾ ਅਸੀਂ ਛੋਟੀਆਂ ਵੀਰਾਂ ਕੱਢਾਂਗੇ। ਦੇਖੋ ਵੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪੁਰਾਤਨ ਸ਼ਬਦ ਨੂੰ ਰਿਵਾਈਵ ਕੀਤਾ, ਇਹਦਾ ਅਰਥ ਹੈ ਵਹੀਰ ਕੱਤਣੀ, ਕੱਤ ਕੇ ਭਾਵ ਇਸ ਪਾਸ ਨੂੰ ਤੁਰ ਲੈਣਾ ਅਤੇ ਫਿਰ ਕਿਸੇ ਰੋਕ ਦੀ ਪਰਵਾਹ ਨਹੀਂ ਕਰਨੀ। ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਕੋਲ ਰੋਕ ਨਹੀਂ ਸਕਦੀ। ਜਥੇਦਾਰ ਸਾਹਿਬ ਜੀ, ਜੇ ਵਹੀਰ ਕੱਢਣੀ ਹੈ ਤਾਂ ਮੇਰੀ ਇੱਕ ਬੇਨਤੀ ਹੈ, ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ, ਕਿਉਂਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ, ਸਾਡੀ ਪ੍ਰੀਖਿਆ ਜੋ ਤੁਸੀਂ ਲੰਘ ਰਹੇ ਹਾਂ, ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵੀ ਤੁਸੀਂ ਜਥੇਦਾਰ ਦੇ ਅਹੁਦੇ 'ਤੇ ਜੋ ਜਥੇਦਾਰ ਸਾਹਿਬ ਦੇ ਅਹੁਦੇ 'ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ੍ਹ ਸਕਦੇ ਜੋ। ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਛ ਦਿਨਾਂ ਦੇ ਵਿੱਚ ਵਹੀਰ ਦਮਦਮਾ ਸਾਹਿਬ ਪਹੁੰਚੇ ਵਿਸਾਖੀ, ਅਤੇ ਉੱਥੇ ਸਰਬੱਤ ਖਾਲਸਾ ਹੋਵੇ। ਅਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵਹੀਰ ਨਹੀਂ ਕੱਢਣੀ ਚਾਹੀਦੀ, ਮੈਂ ਇਹ ਕਿਹਾ ਵੀ ਵਹੀਰ ਕੱਢਣੀ ਹੈ, ਪਰ ਜਿਹੜੀ ਪਿੰਡਾਂ ਨੂੰ ਛੋਟੀਆਂ ਵਹੀਰਾਂ ਲੋਕਾਂ ਨੂੰ ਜਾਗਰੂਕ ਕਰਨਾ ਇਹ ਖਾਨਾ ਪੂਰਤੀ ਹੈ। ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਨਹੀਂ, ਸਗੋਂ ਸੰਗਤਾਂ ਨੂੰ ਮੋਬਲਾਈਜ਼ ਕਰਨ ਦੀ ਲੋੜ ਹੈ, ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ, ਉਹਨਾਂ 'ਚ ਹਕੂਮਤ ਦਾ ਪੈ ਕੱਢਣ ਦੀ ਲੋੜ ਹੈ। ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਕੌਮ ਲਈ ਖੜੀਏ, ਅਤੇ ਜਿਨ੍ਹਾਂ ਨੂੰ ਐਂ ਲੱਗਦਾ ਕੋਈ ਨਹੀਂ ਇਸ ਧਰਤੀ 'ਤੇ ਹੀ ਹਾਂ, ਇਸ ਧਰਤੀ ਦਾ ਹੀ ਆਪਣਾ ਲਹੂ ਡੋਲਣਾ। ਸੋ ਇਸ ਕਰਕੇ ਇਹ ਗੱਲ ਦੀ ਆਪਾਂ ਅਫਵਾਹ ਛੱਡ ਦਈਏ ਵੀ ਮੈਂ ਕਿਤੇ ਭਗੌੜਾ ਹੋ ਜੂੰਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ, ਇੰਨੀ ਰਹਿਮਤ ਮੇਰੇ 'ਤੇ ਕੀਤੀ ਹੈ ਕਿ ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣਾ ਸੋਚ ਸਕਦਾ। ਕਈਆਂ ਨੇ ਕਿਹਾ ਸੀ ਉਹਨੇ ਕੇਸ ਕਤਲ ਕਰਾ ਲਏ ਹੋਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਬੁਨਿਆਦ ਨੇ। ਕੇਸ ਕਤਲ ਕਰਾਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਖੋਪੜਾ ਅਸੀਂ ਲਵਾ ਸਕਦੇ, ਕੇਸ ਕਤਲ ਕਰਾਉਣ ਬਾਰੇ ਸੋਚ ਵੀ ਨਹੀਂ ਸਕਦੇ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ, ਮੇਰੀ ਹੋਰ ਨਾ ਸਾਰਿਆਂ ਨੂੰ ਅਪੀਲ ਹੈ ਵੀ ਕਿਸੇ ਅੱਗੇ ਹੱਥ ਜੋੜ ਕੇ ਤਰਲੇ ਨਹੀਂ ਕਰਨੇ, ਠੀਕ ਹੈ। ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ, ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਮਰਤਾ, ਅਤੇ ਮੈਂ ਵੈਸੇ ਨੀਵੀਂ ਪਾ ਕੇ ਗੱਲ ਕਰਦਾ ਹੁੰਦਾ। ਜੇ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕੱਲ੍ਹ ਡਰਦਾ ਸੀ ਨਾ ਅੱਜ ਡਰਦਾ। ਹਕੂਮਤ ਨੇ ਜੋ ਕਰਨਾ ਕਰ ਲਵੇ,
हाँ ये गल है, गिरफ्तारी तो मैं नहीं डरता, गिरफ्तारी लिए मैं कोई शर्त नहीं रखियां। जिहड़ियां गल्लां कीतियां जा रहियां मैं गिरफ्तारी बारे कोई गल ही नहीं सी कीती। जिहड़ियां गल्लां कीतियां जा रहियां भी अमृतपाल सिंह ने तीन शर्तां रख दित्तियां गिरफ्तारी दियां, भी थाने च जी उहदे नाल कुटमार नहीं कीती। जब मैं कहिंदा जिहड़ी कुटमार करनी जिहने कर लवे, जिहड़ा तशद्दुद किसे करके वेखणा करके वेख लवे, ना तशद्दुद तों डरदे हां ना बंद-बंद कट्टण तों डरदे हां। सो इस करके मेरी संगतां नूं अपील है किसे भी गुमराह कोल प्रचार च नहीं आउणा। मैं चढ़दी कलां च अज दी तरीक तक मैं चढ़दी कलां दे विच हां, और अज तो बाद सतगुर के हाथ है सारा कुछ। जे सतगुर ने इनिया संकटों से राखी की है तो अगे भी करता रहेगा महाराज, वो घर किसी का घाटा नहीं। मेरी वोट उस पर है, मेरी वोट दुनियावी ना तो अदालतों पर है ना किसी होर गलते है, मेरी वोट सतगुर सच्चे पातशाह की कचहरी पर है। उन्हें इंसाफ मेरे नाल करना है। संगतों को मेरी अपील है भी तुम दृढ़ रहना, तुम ढेंदी कला च नहीं जाना, ना ढेंदी कला वाले कोई गल करनी है। और मेरे परिवार को मेरे को अपील है भी तुम्हें भी कोई ढेंदी कला वाली गल नहीं करनी, एवं नहीं हाथ जोड़ के कही जाना कि देखो जी साथ दो, सारी संगत साथ दे रही है। कोई नहीं जो कोई नहीं भी दिता इस खत को सच्चे पातशाह का पेंडा है, इस मार्ग से चलते हैं सतगुरु सच्चे पातशाह जितों आनंदपुर साहब का किला छड़ते हैं। तो लोगों ने अपने घरों के दरवाजे भेड़ ले सी, लोगों ने कहा था अपने पुत मरवा गए हूँ साढ़े मरवाण आ गए। सो मैं ऐ लगता भी आप संगतों का साथ जोड़ा है वो संगत ने आप ही दे देना, आप छड़ती कला च रहिए, सतगुरु का भाणा मनीए। ये भाणा मनने वाली सारा कुछ होना है, जो भाणे तो उल्ट जाके गल करेंगे वो होनी भी नहीं गई। सो भाणे च रह के सारा कुछ होना है। सो इन बेनती है सरबत खालसे की काल जथेदार साहब देन, जे नहीं देंगे तो उन्होंने प्रीख्या की घड़ी है कि वो कौम लिए की कर ली संजीदा ने की नहीं कर ली संजीदा ने। उन्होंने उत्ते एक इल्जाम लगता भी परिवारवाद की राजनीति करते हैं, ये उतों भी मुक्त होने का समय है। सो अज आप वध चढ़ के जिहड़ा वा सरबत खालसे की काल दे विच हिस्सा पाइए। संगतों को मेरी अपील है भी तुसीं संगती रूप च पिंडां च अनाउंसमेंटा करो कि विसाखी के उत्ते दमवा साहब सरबत खालसा सद्या जाए। इन्नी बेनती है जी। वाहिगुरू जी का खालसा, वाहिगुरू जी की फतेह।